ਕੀ ਦਲਜੀਤ ਦੋਸਾਂਝ ਦਾ ਹੋ ਚੁੱਕਿਆ ਵਿਆਹ? ਕਿਆਰਾ ਅਡਵਾਨੀ ਨੇ ਇੱਕ ਇੰਟਰਵਿਊ ਦੌਰਾਨ ਖੋਲੀ ਸੀ ਇਹ ਪੋਲ। ਦਲਜੀਤ ਦੋਸਾਂਝ ਇਸ ਨਾਮ ਨੂੰ ਅੱਜ ਕੌਣ ਨਹੀਂ ਜਾਣਦਾ, ਆਪਣੀ ਆਵਾਜ਼ ਅਤੇ ਆਪਣੀ ਅਦਾਕਾਰੀ ਨਾਲ ਕਾਫੀ ਵੱਡਾ ਮੁਕਾਮ ਹਾਸਿਲ ਕਰ ਲਿੱਤਾ। ਸਿਰਫ ਬੋਲੀਵੁੱਡ ਨਹੀਂ ਬਲਕਿ ਬੋਲੀਵੁੱਡ ਦੇ ਵਿੱਚ ਵੀ ਉੜਤਾ ਪੰਜਾਬ ਅਤੇ ਗੁੱਡ ਨਿਊਜ਼ ਵਰਗੀਆਂ ਬਿਗ ਬਜਟ ਫਿਲਮਾਂ ਦੇ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ ਜਿੱਥੇ ਲੋਕਾਂ ਦਾ ਦਿਲ ਜਿੱਤਿਆ। ਪਰ ਇੱਕ ਖਬਰ ਉਹਨਾਂ ਦੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਦਲਜੀਤ ਵਿਆਹਿਆ ਹੋਇਆ ਅਤੇ ਉਹਦਾ ਇੱਕ ਬੱਚਾ ਵੀ ਹੈ ਅਤੇ ਉਹਨਾਂ ਦੀ ਫੈਮਿਲੀ ਵਿਦੇਸ਼ ਦੇ ਵਿੱਚ ਸੈਟਲ ਹੈ। ਅਤੇ ਇਹਦੇ ਨਾਲ ਹੀ ਕਿਆਰਾ ਅਡਵਾਨੀ ਦੀ ਇੱਕ ਇੰਟਰਵਿਊ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਕਿਆਰਾ ਕਹਿੰਦੀ ਹੈ ਕਿ ਮੇਰੇ ਤਿੰਨੇ ਕੋਐਕਟਰਸ ਵਿਆਹੇ ਹੋਏ ਨੇ ਅਤੇ ਤਿੰਨਾਂ ਦੇ ਬੱਚੇ ਵੀ ਨੇ, ਜਿਹਦਾ ਮਤਲਬ ਸਾਫ਼ ਹੈ ਕਿ ਉਹ ਦਲਜੀਤ ਦੀ ਵੀ ਗੱਲ ਕਰ ਰਹੀ ਹੈ। ਪਰ ਦਲਜੀਤ ਨੇ ਇਸ 'ਤੇ ਕੋਈ ਕਨਫਰਮੇਸ਼ਨ ਨਹੀਂ ਦਿੱਤੀ ਹੈ। ਪਰ ਇੱਕ ਗੱਲ ਇਹ ਹੈ ਕਿ ਦਲਜੀਤ ਦੀ ਕੁਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਦਲਜੀਤ ਇੱਕ ਔਰਤ ਦੇ ਨਾਲ ਨਜ਼ਰ ਆ ਰਹੇ ਨੇ ਅਤੇ ਨਾਲ ਇੱਕ ਬੱਚੇ ਦੇ ਨਾਲ ਵੀ ਨਜ਼ਰ ਆ ਰਹੇ ਨੇ। ਅਤੇ ਸੋਸ਼ਲ ਮੀਡੀਆ 'ਤੇ ਕਿਹਾ ਜਾ ਰਿਹਾ ਹੈ ਕਿ ਇਹ ਔਰਤ ਉਹਨਾਂ ਦੀ ਵਾਈਫ ਹੈ ਅਤੇ ਬੱਚਾ ਦਲਜੀਤ ਦਾ ਹੀ ਬੱਚਾ। ਪਰ ਬਾਅਦ ਦੇ ਵਿੱਚ ਜਾਂਚ ਕਰਕੇ ਪਤਾ ਲੱਗਿਆ ਕਿ ਜਿਹੜੀ ਉਹ ਔਰਤ ਸੀ ਉਹ ਹੋਰ ਕੋਈ ਨਹੀਂ ਬਲਕਿ ਪੰਜਾਬੀ ਐਕਟਰੈਸ ਨਿਸ਼ਾ ਬਾਨੋ ਸੀ। ਅਤੇ ਕਈ ਅਫਵਾਹਾਂ ਤਾਂ ਇਹ ਵੀ ਉੱਡ ਰਹੀਆਂ ਨੇ ਕਿ ਦਲਜੀਤ ਨੇ ਆਪਣੀ ਪਤਨੀ ਨਾਲ ਡਿਵੋਰਸ ਲੈ ਲਿੱਤਾ। ਪਰ ਅਸਲ ਗੱਲ ਕੀ ਹੈ ਇਹ ਤਾਂ ਹੁਣ ਦਲਜੀਤ ਦੋਸਾਂਝ ਦੱਸ ਸਕਦੇ ਨੇ। ਵੈਸੇ ਗੱਲ ਕਰੀਏ ਤਾਂ ਦਲਜੀਤ ਦੋਸਾਂਝ ਆਪਣੀ ਪਰਸਨਲ ਲਾਈਫ ਨੂੰ ਬਿਲਕੁਲ ਹੀ ਪ੍ਰਾਈਵੇਟ ਰੱਖਣਾ ਪਸੰਦ ਕਰਦੇ ਨੇ, ਜਿਹਦੇ ਵਿੱਚ ਕੋਈ ਗਲਤ ਗੱਲ ਵੀ ਨਹੀਂ ਹੈ ਕਿਉਂਕਿ ਹਰ ਬੰਦੇ ਦੀ ਆਪਣੀ ਪਰਸਨਲ ਲਾਈਫ ਹੁੰਦੀ ਹੈ। ਪਰ ਜਿਹੜੇ ਉਹਨਾਂ ਦੇ ਫੈਨਸ ਨੇ ਉਹਨਾਂ ਨੂੰ ਲਗਾਤਾਰ ਦਲਜੀਤ ਦੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਇਹ ਜਾਣਨ ਦੀ ਇੱਛਾ ਲੱਗੀ ਰਹਿੰਦੀ ਹੈ। ਪਰ ਜੇ ਉੱਥੇ ਹੀ ਗੱਲ ਕਰੀਏ ਦਲਜੀਤ ਦੋਸਾਂਝ ਦੀ ਅਪਕਮਿੰਗ ਫਿਲਮ ਦੀ, ਤਾਂ ਦਲਜੀਤ ਜਲਦ ਹੀ ਜੱਟ ਐਂਡ ਜੂਲੀਅਟ 3 'ਤੇ ਚਮਕੀਲਾ ਵਿੱਚ ਨਜ਼ਰ ਆਉਣ ਵਾਲੇ ਨੇ। ਖਾਸ ਕਰ ਚਮਕੀਲਾ ਫਿਲਮ ਦੀ ਫੈਨਸ ਲਗਾਤਾਰ ਵੇਟ ਕਰ ਰਹੇ ਨੇ ਕਿਉਂਕਿ ਫਿਲਮ ਦੇ ਵਿੱਚ ਦਲਜੀਤ ਫੇਮਸ ਸਿੰਗਰ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਉਣ ਵਾਲੇ ਨੇ ਅਤੇ ਉਹਨਾਂ ਦੇ ਗਾਣਿਆਂ ਨੂੰ ਆਪਣੇ ਅੰਦਾਜ਼ ਦੇ ਵਿੱਚ ਗਾਉਣ ਵਾਲੇ ਨੇ। ਅਤੇ ਉਹਨਾਂ ਦੀ ਇੱਕ ਫਿਲਮ ਕਰਿਊ ਦਾ ਗਾਣਾ ਵੀ ਲਗਾਤਾਰ ਸੋਸ਼ਲ ਮੀਡੀਆ 'ਤੇ ਟ੍ਰੈਂਡਿੰਗ ਚੱਲ ਰਿਹਾ। ਬਾਕੀ ਤੁਸੀਂ ਵੀ ਦਲਜੀਤ ਦੋਸਾਂਝ ਦੇ ਫੈਨ ਹੋ ਤਾਂ ਦੱਸੋ ਤੁਹਾਨੂੰ ਉਹਨਾਂ ਦੀ ਕਿਹੜੀ ਫਿਲਮ ਲੱਗੀ ਸਭ ਤੋਂ ਜ਼ਿਆਦਾ ਵਧੀਆ। ਕੀ ਦਲਜੀਤ ਦੋਸਾਂਝ ਦਾ ਹੋ ਚੁੱਕਿਆ ਵਿਆਹ? ਕਿਆਰਾ ਅਡਵਾਨੀ ਨੇ ਇੱਕ ਇੰਟਰਵਿਊ ਦੌਰਾਨ ਖੋਲ੍ਹੀ ਸੀ ਇਹ ਪੋਲ। ਦਲਜੀਤ ਦੋਸਾਂਝ ਇਸ ਨਾਮ ਨੂੰ ਅੱਜ ਕੌਣ ਨਹੀਂ ਜਾਣਦਾ, ਆਪਣੀ ਆਵਾਜ਼ ਅਤੇ ਆਪਣੀ ਅਦਾਕਾਰੀ ਨਾਲ ਕਾਫੀ ਵੱਡਾ ਮੁਕਾਮ ਹਾਸਿਲ ਕਰ ਲਿੱਤਾ। ਸਿਰਫ ਬੋਲੀਵੁੱਡ ਨਹੀਂ ਬਲਕਿ ਬੋਲੀਵੁੱਡ ਦੇ ਵਿੱਚ ਵੀ ਉੜਤਾ ਪੰਜਾਬ ਅਤੇ ਗੁੱਡ ਨਿਊਜ਼ ਵਰਗੀਆਂ ਬਿਗ ਬਜਟ ਫਿਲਮਾਂ ਦੇ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ ਜਿੱਥੇ ਲੋਕਾਂ ਦਾ ਦਿਲ ਜਿੱਤਿਆ। ਪਰ ਇੱਕ ਖਬਰ ਉਹਨਾਂ ਦੀ ਇੱਕ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਦਲਜੀਤ ਵਿਆਹਿਆ ਹੋਇਆ ਅਤੇ ਉਹਦਾ ਇੱਕ ਬੱਚਾ ਵੀ ਹੈ ਅਤੇ ਉਹਨਾਂ ਦੀ ਫੈਮਿਲੀ ਵਿਦੇਸ਼ ਦੇ ਵਿੱਚ ਸੈਟਲ ਹੈ। ਅਤੇ ਇਹਦੇ ਨਾਲ ਹੀ ਕਿਆਰਾ ਅਡਵਾਨੀ ਦੀ ਇੱਕ ਇੰਟਰਵਿਊ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਕਿਆਰਾ ਕਹਿੰਦੀ ਹੈ ਕਿ ਮੇਰੇ ਤਿੰਨੇ ਕੋਐਕਟਰਸ ਵਿਆਹੇ ਹੋਏ ਨੇ ਅਤੇ ਤਿੰਨਾਂ ਦੇ ਬੱਚੇ ਵੀ ਨੇ, ਜਿਹਦਾ ਮਤਲਬ ਸਾਫ਼ ਹੈ ਕਿ ਉਹ ਦਲਜੀਤ ਦੀ ਵੀ ਗੱਲ ਕਰ ਰਹੀ ਹੈ। ਪਰ ਦਲਜੀਤ ਨੇ ਇਸ 'ਤੇ ਕੋਈ ਕਨਫਰਮੇਸ਼ਨ ਨਹੀਂ ਦਿੱਤੀ ਹੈ। ਪਰ ਇੱਕ ਗੱਲ ਇਹ ਹੈ ਕਿ ਦਲਜੀਤ ਦੀ ਕੁਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਦਲਜੀਤ ਇੱਕ ਔਰਤ ਦੇ ਨਾਲ ਨਜ਼ਰ ਆ ਰਹੇ ਨੇ ਅਤੇ ਨਾਲ ਇੱਕ ਬੱਚੇ ਦੇ ਨਾਲ ਵੀ ਨਜ਼ਰ ਆ ਰਹੇ ਨੇ। ਅਤੇ ਸੋਸ਼ਲ ਮੀਡੀਆ 'ਤੇ ਕਿਹਾ ਜਾ ਰਿਹਾ ਕਿ ਇਹ ਔਰਤ ਉਹਨਾਂ ਦੀ ਵਾਈਫ ਹੈ ਅਤੇ ਬੱਚਾ ਦਲਜੀਤ ਦਾ ਹੀ ਬੱਚਾ। ਪਰ ਬਾਅਦ ਦੇ ਵਿੱਚ ਜਾਂਚ ਕਰਕੇ ਪਤਾ ਲੱਗਿਆ ਕਿ ਜਿਹੜੀ ਉਹ ਔਰਤ ਸੀ ਉਹ ਹੋਰ ਕੋਈ ਨਹੀਂ ਬਲਕਿ ਪੰਜਾਬੀ ਐਕਟਰੈਸ ਨਿਸ਼ਾ ਬਾਨੋ ਸੀ। ਅਤੇ ਕਈ ਅਫਵਾਹਾਂ ਤਾਂ ਇਹ ਵੀ ਉੱਡ ਰਹੀਆਂ ਨੇ ਕਿ ਦਲਜੀਤ ਨੇ ਆਪਣੀ ਪਤਨੀ ਨਾਲ ਡਿਵੋਰਸ ਲੈ ਲਿੱਤਾ। ਪਰ ਅਸਲ ਗੱਲ ਕੀ ਹੈ ਇਹ ਤਾਂ ਹੁਣ ਦਲਜੀਤ ਦੋਸਾਂਝ ਦੱਸ ਸਕਦੇ ਨੇ। ਵੈਸੇ ਗੱਲ ਕਰੀਏ ਤਾਂ ਦਲਜੀਤ ਦੋਸਾਂਝ ਆਪਣੀ ਪਰਸਨਲ ਲਾਈਫ ਨੂੰ ਬਿਲਕੁਲ ਹੀ ਪ੍ਰਾਈਵੇਟ ਰੱਖਣਾ ਪਸੰਦ ਕਰਦੇ ਨੇ, ਜਿਹਦੇ ਵਿੱਚ ਕੋਈ ਗਲਤ ਗੱਲ ਵੀ ਨਹੀਂ ਹੈ ਕਿਉਂਕਿ ਹਰ ਬੰਦੇ ਦੀ ਆਪਣੀ ਪਰਸਨਲ ਲਾਈਫ ਹੁੰਦੀ ਹੈ। ਪਰ ਜਿਹੜੇ ਉਹਨਾਂ ਦੇ ਫੈਨਸ ਨੇ ਉਹਨਾਂ ਨੂੰ ਲਗਾਤਾਰ ਦਲਜੀਤ ਦੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਇਹ ਜਾਣਨ ਦੀ ਇੱਛਾ ਲੱਗੀ ਰਹਿੰਦੀ ਹੈ। ਪਰ ਜੇ ਉੱਥੇ ਹੀ ਗੱਲ ਕਰੀਏ ਦਲਜੀਤ ਦੋਸਾਂਝ ਦੀ ਅਪਕਮਿੰਗ ਫਿਲਮ ਦੀ, ਤਾਂ ਦਲਜੀਤ ਜਲਦ ਹੀ ਜੱਟ ਐਂਡ ਜੂਲੀਅਟ 3 'ਤੇ ਚਮਕੀਲਾ ਵਿੱਚ ਨਜ਼ਰ ਆਉਣ ਵਾਲੇ ਨੇ। ਖਾਸ ਕਰ ਚਮਕੀਲਾ ਫਿਲਮ ਦੀ ਫੈਨਸ ਲਗਾਤਾਰ ਵੇਟ ਕਰ ਰਹੇ ਨੇ ਕਿਉਂਕਿ ਫਿਲਮ ਦੇ ਵਿੱਚ ਦਲਜੀਤ ਫੇਮਸ ਸਿੰਗਰ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਉਣ ਵਾਲੇ ਨੇ ਅਤੇ ਉਹਨਾਂ ਦੇ ਗਾਣਿਆਂ ਨੂੰ ਆਪਣੇ ਅੰਦਾਜ਼ ਦੇ ਵਿੱਚ ਗਾਉਣ ਵਾਲੇ ਨੇ। ਅਤੇ ਉਹਨਾਂ ਦੀ ਇੱਕ ਫਿਲਮ ਕਰਿਊ ਦਾ ਗਾਣਾ ਵੀ ਲਗਾਤਾਰ ਸੋਸ਼ਲ ਮੀਡੀਆ 'ਤੇ ਟ੍ਰੈਂਡਿੰਗ ਚੱਲ ਰਿਹਾ। ਬਾਕੀ ਤੁਸੀਂ ਵੀ ਦਲਜੀਤ ਦੋਸਾਂਝ ਦੇ ਫੈਨ ਹੋ ਤਾਂ ਦੱਸੋ ਤੁਹਾਨੂੰ ਉਹਨਾਂ ਦੀ ਕਿਹੜੀ ਫਿਲਮ ਲੱਗੀ ਸਭ ਤੋਂ ਜ਼ਿਆਦਾ ਵਧੀਆ।